ਭਾਈ ਜੀ ਕੀ ਹਾਲ ਜੀ? ਠੀਕ ਹੈ ਭਾਈ। ਕੀ ਨਾਂ ਆਪਣਾ? ਗੁਰਦਿਆਲ ਸਿੰਘ ਜੀ। ਅੱਛਾ ਗੁਰਦਿਆਲ ਜੀ, ਸ਼ਰਾਬ ਸਿਹਤ ਲਈ ਹਾਨੀਕਾਰਕ ਹੁੰਦੀ, ਬੋਤਲ ਤੇ ਵੀ ਲਿਖਿਆ ਹੁੰਦਾ, ਫਿਰ ਵੀ ਥਾਂ ਥਾਂ ਤੇ ਠੇਕੇ ਖੁੱਲੇ ਆ, ਇੰਨੀ ਕਾਹਤੋਂ ਪੀਂਦੇ ਲੋਕੀ? ਇਹ ਭਾਅ ਜੀ ਸਿਹਤ ਵਾਸਤੇ ਚੰਗੀ ਨਹੀਂ ਜੀ। ਅੱਛਾ, ਇਹ ਜਿਹੜੇ ਪੀਂਦੇ ਆ ਨੁਕਸਾਨ ਆ ਉਹਨਾਂ ਦਾ ਜੀ। ਅੱਛਾ ਜੀ, ਹਾਂਜੀ, ਫਿਰ ਵੀ ਲੋਕੀ ਬੜੇ ਪੀਂਦੇ ਆ, ਠੇਕੇ ਤੇ ਥਾਂ ਥਾਂ ਤੇ ਖੁੱਲੇ। ਠੇਕੇ ਤੇ ਭਾਅ ਜੀ ਖੁੱਲੇ ਆ, ਸਰਕਾਰ ਬੰਦ ਨਹੀਂ ਕਰਾਉਂਦੀ। ਹਾਂ ਹਾਂਜੀ, ਪਰ ਸਰਕਾਰ ਕਹਿੰਦੀ ਵੀ ਦੇਖੋ ਲੋਕੀ ਪੀਂਦੇ ਤਾਂ ਖੋਲੇ ਉਹਨਾਂ ਨੇ, ਜੇ ਲੋਕੀ ਪੀਣੀ ਬੰਦ ਕਰ ਦੇਣਗੇ ਕਰ ਦੇਣਗੇ ਬੰਦ। ਆਂਦੇ ਸਿਹਤ ਵਾਸਤੇ ਚੰਗੀ ਆ, ਇੱਕ ਦੋ ਪੈਗ ਲਾਇਆ ਹੋਏ ਤੇ ਫਿਰ ਸਹੀ ਆ, ਜੇ ਜਿਹੜੇ ਜ਼ਿਆਦਾ ਪੀਂਦੇ ਉਹ ਡਿੱਗੇ ਹੁੰਦੇ ਜੇ। ਓਕੇ, ਮਤਲਬ ਤੁਹਾਡੇ ਹਿਸਾਬ ਨਾਲ ਇੱਕ ਦੋ ਪੈਗ ਜਿਹੜਾ ਲਾਣਾ ਉਹ ਸਹੀ ਆ, ਹਾਂਜੀ, ਤੇ ਜੋ ਜ਼ਿਆਦਾ ਪੀਣ ਲਈ ਉਹ ਸਿਹਤ ਵਾਸਤੇ ਖਰਾਬ ਆ। ਹਾਂਜੀ, ਬਸ ਫਿਰ ਇਹੀ ਤਾਂ ਸੋਚ ਆ, ਹੁਣ 3 ਕਰੋੜ ਜਨਸੰਖਿਆ ਵਿੱਚੋਂ ਜੇ ਮੰਨ ਲਓ 1.5 ਕਰੋੜ ਇੱਦਾਂ ਸੋਚਣ ਲੱਗ ਪਏ ਤਾਂ ਹੀ ਨਹੀਂ ਵਿਕਦੀ ਆ। ਹਾਂਜੀ, ਕੁਛ ਨਹੀਂ ਸਹੀ ਤੇ ਫਿਰ ਨਹੀਂ ਸਹੀ, ਇਹ ਕੀ ਚੱਕਰ ਹੋਇਆ ਵੀ ਦੋ ਪੈਗ ਜਿਹੜੇ ਉਹ ਸਹੀ ਆ ਤੇ 2 ਤੋਂ ਵੱਧ ਖਰਾਬ ਆ? ਇਹ ਭਾਜੀ ਜਿਹੜੇ ਜ਼ਿਆਦਾ ਪੀਣਗੇ ਉਹ ਡਿੱਗਣਗੇ। ਅੱਛਾ, ਤੇ ਜਿਹੜੇ ਉਹ ਮਰਨਗੇ। ਹਾਂਜੀ, ਤੇ ਜਿਹੜੇ ਘੱਟ ਪੀਣਗੇ ਉਹ ਘਰ ਪਹੁੰਚ ਜਾਣਗੇ। ਅੱਛਾ, ਜਿਹੜੇ ਜ਼ਿਆਦਾ ਪੀਣਗੇ ਉਹ ਡਿੱਗਣਗੇ ਮਰਨਗੇ। ਹਾਂਜੀ, ਤੇ ਜਿਹੜੇ ਘੱਟ ਪੀਂਦੇ ਉਹਨਾਂ ਦੀ ਉਮਰ ਵੱਧਦੀ ਹੈ? ਹਾਂਜੀ, ਜਿਹੜੇ ਘੱਟ ਪੀਂਦੇ ਉਹਨਾਂ ਦੀ ਉਮਰ ਵੱਧ ਜਾਂਦੀ ਹੈ? ਉਮਰ ਨਹੀਂ ਵੱਧਦੀ ਭਾਜੀ, ਉਹ ਸਿਹਤ ਵਾਸਤੇ ਨਹੀਂ ਸਹੀ ਹੈ। ਸਿਹਤ ਵਾਸਤੇ ਨਹੀਂ? ਤੁਸੀਂ ਪੀਂਦੇ ਹੋ? ਨਹੀਂ ਭਾਜੀ, ਅਸੀਂ ਨਹੀਂ ਪੀਂਦੇ। ਫਿਰ ਤੁਹਾਨੂੰ ਕਿੱਦਾਂ ਪਤਾ ਸ਼ਰਾਬ ਬਾਰੇ? ਨਾ ਭਾਜੀ, ਪਹਿਲਾਂ ਪੀਂਦੇ ਸੀ, ਹੁਣ ਛੱਡ ਦਿੱਤੀ। ਅੱਛਾ, ਪਹਿਲਾਂ ਪੀਂਦੇ ਸੀ, ਹੁਣ ਜਾਣਕਾਰੀ ਇਕੱਠੀ ਕਰ ਲਈ, ਫਿਰ ਇਹਨਾਂ ਨੂੰ ਨੌਲੇਜ ਹੋ ਗਈ ਨਹੀਂ ਜ਼ਿਆਦਾ ਪੀਣੀ ਸਿਹਤ ਲਈ ਹਾਨੀ ਕਰਕੇ ਇਹਨਾਂ ਨੇ ਛੱਡ ਦਿੱਤੀ। ਤੇ ਕਦੀ ਆਪਣਾ ਚੋ ਚਾਂਸ ਹੋਇਆ ਕਦੀ ਡਿੱਗੇ ਡੁੱਗੇ ਪੀ ਕੇ? ਇੱਕ ਵਾਰੀ ਭਾਜੀ ਡਿੱਗੇ ਸੀ। ਅੱਛਾ, ਇੱਕ ਇਹਦੇ ਕਿਸੇ ਦੇ ਉੱਤੇ ਡਿੱਗੇ ਸੀ ਕਿ ਇਧਰ ਉਧਰ ਡਿੱਗੇ? ਨਹੀਂ, ਮੰਡੀ 'ਚ ਡਿੱਗੇ ਸੀ। ਅੱਛਾ, ਮੰਡੀ 'ਚ ਡਿੱਗੇ ਸੀ, ਫਿਰ ਚੱਕਿਆ ਕਿਸੇ ਨੇ? ਹਾਂਜੀ ਹਾਂਜੀ। ਗਾਲਾਂ ਗੁਲਾਂ ਕੱਢੀਆਂ ਲੋਕਾਂ ਨੇ? ਨਹੀਂ, ਗਾਲਾਂ ਨਹੀਂ ਕੱਢੀਆਂ। ਤੁਸੀਂ ਗਾਲਾਂ ਕੱਢੀਆਂ ਕਿਸੇ ਨੂੰ? ਨਾ ਜੀ। ਅੱਛਾ, ਚਲੋ ਤੁਹਾਡਾ ਬਚਾਅ ਹੋ ਗਿਆ ਫਿਰ। ਇਹ ਸ਼ਰਾਬ ਪੀ ਕੇ ਡਿੱਗੇ, ਫਿਰ ਇਹਨਾਂ ਨੂੰ ਸਾਹਸ ਆਇਆ ਵੀ ਨਹੀਂ ਯਾਰ ਡਿੱਗਣਾ ਨਹੀਂ ਅੱਗੋਂ ਤੋਂ, ਤੇ ਇਹਨਾਂ ਨੇ ਪੀਣੀ ਛੱਡਦੀ, ਹੁਣ ਨਹੀਂ ਪੀਂਦੇ? ਹਾਂਜੀ, ਨਹੀਂ ਭਾਜੀ, ਹੁਣ ਬਹੁਤ ਸੋਹਣੀ ਗੱਲ ਆ ਭਾਜੀ ਦੀ, ਇਹਨਾਂ ਨੇ ਛੱਡਤੀ, ਪਰ ਡਿੱਗ ਕੇ ਛੱਡੀ ਆ, ਤੇ ਲੋਕਾਂ ਨੇ ਇਹੀ ਅਪੀਲ ਆ ਵੀ ਬਿਨਾਂ ਡਿੱਗਿਆਂ ਛੱਡ ਦਿਓ ਤਾਂ ਚੰਗੀ ਗੱਲ ਆ, ਐਵੇਂ ਡਿੱਗੋਗੇ ਕਿਸੇ ਨੂੰ ਲੋਕੀ ਚੁੱਕਣਗੇ, ਬੇਇੱਜ਼ਤੀ ਹੋਊਗੀ। ਥੈਂਕ ਯੂ ਵੀਰੇ।